ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਵਾਲੇ ਨਾਲ ਕਿ ਬੰਗਲਾਦੇਸ਼ ਵਿੱਚੋਂ ਭਾਰਤ ਦੀ ਕਠਪੁਤਲੀ ਸ਼ੇਖ ਹਸੀਨਾ ਨੂੰ ਭਾਵੇਂ ਬੰਗਾਲੀ ਨੌਜਵਾਨਾਂ ਦੇ ਰੋਹ ਨੇ ਬਾਹਰ ਕੱਢ ਸੁੱਟਿਆ ਹੈ, ਪਰ ਇਉਂ ਜਾਪਦਾ ਹੈ ਕਿ ਮੋਦੀ ਹਕੂਮਤ ਬੰਗਲਾਦੇਸ਼ ਦੇ ਹਿੰਦੂਆਂ ਦੇ ਸੁਰੱਖਿਆ ਦੇ ਕਾਰਡ ਅਤੇ ਸ਼ੇਖ ਹਸੀਨਾ ਨੂੰ ਵਰਤ ਕੇ ਬੰਗਲਾਦੇਸ਼ 'ਤੇ ਮੁੜ ਕਾਬਜ਼ ਹੋਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀ ਤਬਦੀਲੀ ਦੇ ਜਿਹੜੇ ਸਾਰੇ ਆਸਾਰ ਨੇ ਉਹ ਪੋਜ਼ਿਟਿਵ ਨੇ। ਇਸ ਵੇਲੇ ਇੱਕ ਪਾਸੇ ਜਿਹੜੀ ਹਾਲਤ ਹੈ ਉਹ ਪੂਰੀ ਕਾਬੂ ਹੇਠ ਹੈ, ਕੋਈ ਰਾਇਟਿੰਗ ਨਹੀਂ ਹੋ ਰਹੀ। ਜਿਹੜਾ ਇਨੀਸ਼ੀਅਲ ਗੁੱਸਾ ਸੀ ਜਿਹਦੇ 'ਚ ਉਹਨਾਂ ਨੇ ਈਵਨ ਸ਼ੇਖ ਮੁਜੀਬੁਰ ਰਹਿਮਾਨ ਦੇ ਨਾਂ ਥੱਲੇ ਜਿਹੜਾ ਮਿਊਜ਼ੀਅਮ ਔਰ ਉਦਾਰ ਬਣਾਇਆ ਸੀ ਉਹਦੇ ਇਹਨਾਂ ਸ਼ੇਖ ਹਸੀਨਾ ਨੇ, ਉਹਨੂੰ ਵੀ ਉਹਨਾਂ ਨੇ ਸਾੜਤਾ ਲੋਕਾਂ ਨੇ। ਇੰਡੀਆ ਭਵਨ ਇੰਦਰਾ ਗਾਂਧੀ ਦੇ ਨਾਂ ਥੱਲੇ, ਇੰਦਰਾ ਗਾਂਧੀ ਇੰਡੀਆ ਭਵਨ ਔਰ ਮੈਤਰੀ ਭਵਨ ਅਤੇ ਯੇ ਉਹ ਵੀ ਸਾਰੇ ਸਾੜ ਸੁੱਟ ਦਿੱਤੇ। ਔਰ ਕੁਛ ਈਵਨ ਅਵਾਮੀ ਲੀਗ ਦੇ ਜਿਹੜੇ ਵੱਡੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀਆਂ ਪ੍ਰੋਪਰਟੀਆਂ ਵਗੈਰਾ ਦਾ ਨੁਕਸਾਨ ਕੀਤਾ। ਪਰ ਮੁਹੰਮਦ ਯੂਨਸ ਜਦੋਂ ਉਤਰੇ ਔਰ ਬੜੀ ਪੀਸਫੁਲੀ ਜਿਹੜੀ ਹੈ ਓਥ ਟੇਕਿੰਗ ਸੈਰੇਮਨੀ ਹੋਈ, ਔਰ ਉਸ ਦੀਆਂ ਜਿਹੜੀਆਂ ਮਿਨਿਸਟਰੀਆਂ ਵੀ ਬੇਸ਼ੱਕ ਜਿਨ੍ਹਾਂ ਨੂੰ ਐਡਵਾਈਜ਼ਰ ਕਿਹਾ ਜਾਂਦਾ ਕਿਉਂਕਿ ਟੈਂਪਰੇਰੀ ਸੈਟਅਪ ਹੈ, ਇਲੈਕਸ਼ਨਾਂ ਹੋਣੀਆਂ ਨੇ, ਔਰ ਮੁਹੰਮਦ ਯੂਨਸ ਨੇ ਜਿਹੜਾ ਉਹ ਲੋਕਾਂ ਨੂੰ ਐਡਰੈਸ ਵੀ ਕੀਤਾ। ਔਰ ਪੁਲਿਸ ਤਾਂ ਦੌੜ ਗਈ ਸੀ ਕਿਉਂਕਿ ਪਹਿਲਾਂ ਉਸੇ ਹੀ ਪੁਲਿਸ ਨੇ ਜਿਹੜਾ ਉਹਦੇ ਸ਼ੇਖ ਹਸੀਨਾ ਦੇ ਆਰਡਰ ਥੱਲੇ ਗੋਲੀ ਚਲਾ ਕੇ ਸੈਂਕੜਿਆਂ ਮੁੰਡੇ ਮਾਰੇ ਸੀ। ਸੋ ਹੁਣ ਉਹ ਵਾਪਸ ਆਪਣੀ ਡਿਊਟੀ 'ਤੇ ਵੀ ਆਏ ਨੇ, ਔਰ ਉਹਨੇ ਮੁਹੰਮਦ ਯੂਨਸ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਹੋਪ ਵੀ ਦਿੱਤੀ ਹੈ। ਪਰ ਇੱਕ ਹੁਣ ਜੇ ਤੁਸੀਂ ਮੁੱਢਲੇ ਤੌਰ 'ਤੇ ਦੇਖੋ, ਜਿਵੇਂ ਸੁਬਰਾਮਨੀਅਮ ਸਵਾਮੀ ਨੇ ਇਹ ਗੱਲ ਕਹੀ ਸੀ ਕਿ ਭਾਈ ਇਹ ਮੋਦੀ ਸ਼ਿਵਰਿੰਗ ਆਫਟਰ ਮੁਸਲਿਮਸ ਕਿਕਡ ਆਊਟ ਸ਼ੇਖ ਹਸੀਨਾ, ਸੁਬਰਾਮਨੀਅਮ ਸਵਾਮੀ। ਔਰ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਬਿਲਕੁਲ ਜਿਵੇਂ ਕੋਈ ਆਪਸ਼ਨ ਨਹੀਂ ਬਚੀ ਹੁੰਦੀ, ਕਿਉਂਕਿ ਜਿਵੇਂ ਸਾਰੇ ਹੀ ਆਂਡੇ ਇੱਕੋ ਟੋਕਰੀ 'ਚ ਪਾਏ ਹੋਏ ਸੀ 15 ਸਾਲ। ਰਾਨੀ ਉਹਨੂੰ ਇੰਡੀਅਨ ਏਜੰਸੀਆਂ ਨੇ, ਅਜੀਤ ਡੋਵਲ ਰਾਹ ਔਰ ਮੋਦੀ ਨੇ ਕੀਤਾ। ਔਰ ਇਹ ਸਾਰੇ ਦੇ ਚੱਲਦਿਆਂ ਜਦੋਂ ਇੰਨੀ ਤੇਜ਼ੀ ਨਾਲ ਇਹ ਘਟਨਾਕ੍ਰਮ ਵਾਪਰਿਆ ਕਿ ਉਹ ਜਿਹੜੀ ਹੈ ਉਹ ਦੌੜੀ ਉੱਥੋਂ, ਔਰ ਈਵਨ ਉਹ ਤਾਂ ਇੰਡੀਆ ਤਾਂ ਐਸ ਜੈਸ਼ੰਕਰ ਨੇ ਕਿਹਾ ਕਿ ਜੇ ਉਹਨੇ ਡਿਸਾਈਡ ਕਰਨਾ ਹੈ ਕਿ ਜੀ ਉਹਨੇ ਕਿੱਥੇ ਜਾਣਾ, ਉਹ ਟੈਂਪਰੇਰੀ ਸਟੇ ਹੈ। ਉਹਦਾ ਕਾਰਨ ਇਹ ਸੀ ਕਿ ਇੱਕਦਮ UK ਨੇ ਵੀ ਉਹਦਾ ਵੀਜ਼ਾ ਕੈਂਸਲ ਕਰਤਾ ਕਿ ਜੀ ਵੀਜ਼ਾ ਤਾਂ ਤੇਰਾ ਐਜ਼ ਏ ਪ੍ਰਾਈਮ ਮਿਨਿਸਟਰ ਸੀ, ਹੁਣ ਤੂੰ ਨਹੀਂ ਰਹੀ। ਅਮਰੀਕਾ ਨੇ ਵੀ ਜਿਹੜਾ ਅਮਰੀਕਾ 'ਤੇ ਤਾਂ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿ ਭਾਈ ਮੈਂ ਜਿਹੜਾ ਉਹ ਅਮਰੀਕਾ ਨੇ ਮੇਰੇ ਤੋਂ ਫਲਾਣਾ ਆਈਲੈਂਡ ਮੰਗਿਆ ਸੀ, ਮੈਂ ਨਹੀਂ ਦਿੱਤਾ, ਅਤੇ ਅਮਰੀਕਾ ਨੇ ਤਖ਼ਤਾ ਪਲਟਾਇਆ ਔਰ CIA ਅਤੇ ਯੇ ਵੋ। UK ਨੇ ਵੀ ਜਿਹੜਾ ਬਿਲਕੁਲ ਨਾ ਕੀਤੀ ਕਿ ਭਾਈ ਨਹੀਂ ਇਹ ਸਾਰਾ। ਫਿਰ ਹੋਇਆ ਵੀ ਫਿਨਲੈਂਡ ਜਾਏਗੀ ਕਿ ਕਿੱਥੇ ਜਾਏਗੀ, ਕਿ ਇੰਡੀਆ ਨੇ ਵੀ ਪਾਰਲੀਮੈਂਟ 'ਚ ਬਿਲਕੁਲ ਇਹ ਐਨ ਲੱਗਿਆ ਕਿ ਬਈ ਉਹਨੂੰ ਈਵਨ ਉਹਦੀ ਧੀ ਜਿਹੜੀ ਕਿ ਵਰਲਡ ਹੈਲਥ ਔਰਗਨਾਈਜੇਸ਼ਨ ਲਈ ਕੰਮ ਕਰਦੀ ਹੈ ਉਹਨੂੰ ਵੀ ਨਹੀਂ ਮਿਲਣ ਦਿੱਤਾ ਗਿਆ। ਉਹਦੇ ਨਾਲ ਉਹਨੂੰ ਸੇਫ ਹਾਊਸ, ਸੇਫ ਹਾਊਸ ਦਾ ਮਤਲਬ ਹੁੰਦਾ ਇਨ ਦਾ ਕੈਪਟੀਵਿਟੀ ਆਫ ਇੰਟੈਲੀਜੈਂਸ ਏਜੰਸੀ, ਉਹਦੇ 'ਚ ਰੱਖਿਆ। ਉਹਦੀ ਧੀ ਨੇ ਵੀ ਈਵਨ ਇਸ ਦੇ ਉੱਤੇ ਟਵੀਟ ਕੀਤਾ ਕਿ ਮੈਂ ਤਾਂ ਮਾਂ ਨੂੰ ਹੱਗ ਵੀ ਨਹੀਂ ਕਰ ਸਕੀ, ਮੈਨੂੰ ਮਿਲ ਨਹੀਂ ਦਿੱਤਾ ਜਾ ਰਿਹਾ। ਹਾਲਾਂ ਬਾਅਦ 'ਚ ਇੰਡੀਅਨ ਏਜੰਸੀਆਂ ਨੇ ਉਹ ਟਵੀਟ ਜਿਹੜਾ ਉਹ ਡਿਲੀਟ ਕਰਾ ਦਿੱਤਾ। ਸੋ ਇਹਨਾਂ ਹਾਲਾਤਾਂ 'ਚ ਇਹ ਲੱਗਦਾ ਸੀ ਕਿ ਬਈ ਸ਼ੇਖ ਹਸੀਨਾ ਨੂੰ ਤਾਂ ਭਾਰਤ ਨੂੰ ਵੀ ਪਤਾ ਹੈ ਕਿ ਬਈ ਅਲਟੀਮੇਟਲੀ ਉਹਦੇ 'ਤੇ ਟ੍ਰਾਇਲ ਚੱਲਣੇ ਔਰ ਉਸ 'ਤੇ ਐਕਸਟ੍ਰਾਡੀਸ਼ਨ ਮੰਗਣਗੇ। ਮੌਜੂਦਾ ਹਕੂਮਤ ਜਿਹੜੀ ਵੀ ਉੱਥੇ ਬਣੇਗੀ ਚੋਣਾਂ ਤੋਂ ਬਾਅਦ, ਹੁਣ ਵਾਲੇ ਤਾਂ ਹੋਸਟਾਈਲ ਹੈ ਹੀ ਨੇ, ਉਹਨਾਂ ਨੇ ਤਾਂ ਜੋ ਆਪਣਾ
ਰੋਹ ਦਿਖਾਇਆ ਹੀ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਵਿਦ ਇਨ ਏ ਵੀਕ ਟੋਟਲ ਜਿਹੜਾ ਉਹ ਇਹਨਾਂ ਨੇ ਯੂ ਟਰਨ ਮਾਰ ਲਿਆ ਇੰਡੀਆ ਨੇ ਸ਼ੇਖ ਹਸੀਨਾ ਪਾਲਿਸੀ ਨੂੰ ਲੈ ਕੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇੰਡੀਆ ਦੇ ਲਈ ਸਮੱਸਿਆ ਜਿਹੜੀ ਆ ਕੇ ਖੜੀ ਹੋ ਗਈ। ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਭਾਈ ਸਭ ਤੋਂ ਵੱਡੀ ਸਮੱਸਿਆ ਤਾਂ 7 ਸਿਸਟਰ ਸਟੇਟਸ ਜਿਨ੍ਹਾਂ ਨੂੰ ਚਿਕਨ ਨੈੱਕ ਸਿਲੀਗੁੜੀ, ਉਸ ਤੋਂ ਕਦੇ ਵੀ ਕੱਟ ਆਫ ਕੀਤਾ ਜਾ ਸਕਦਾ। ਸ਼ੇਖ ਹਸੀਨਾ ਨੇ ਉਹ 7 ਸੂਬਿਆਂ ਦੀਆਂ ਫਰੀਡਮ ਮੂਵਮੈਂਟਸ ਲੜਨ ਵਾਲਿਆਂ ਨੂੰ ਫੜ ਫੜ ਕੇ ਇਹਨਾਂ ਦੇ ਹਵਾਲੇ ਕੀਤਾ ਸੀ, ਉਹਨਾਂ ਦੀ ਰਿਵਾਈਵਲ ਪਲੱਸ 4000 ਕਿਲੋਮੀਟਰ ਦਾ ਬਾਰਡਰ ਜਿਹਨੂੰ ਕਿਵੇਂ ਸਿਕਿਓਰ ਕਰਨਗੇ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਇਸ ਦੇ ਉੱਤੇ ਮੈਂ ਇੱਕ ਬੜੀ ਇੰਟਰਸਟਿੰਗ ਡਿਬੇਟ ਜਿਹੜੀ ਕਿ ਇਹਨਾਂ ਨੇ ਕਪਿਲ ਸਿੱਬਲ ਜਿਹੜਾ ਓਪਨ ਡਿਸਕਸ਼ਨ ਕਰਦਾ, ਕਾਂਗਰਸ ਦਾ ਵੱਡਾ ਲੀਡਰ ਹੈ, ਵੱਡਾ ਵਕੀਲ ਵੀ ਹੈ ਸੁਪਰੀਮ ਕੋਰਟ ਦਾ, ਜਿਹਦੇ 'ਚ ਉਹਨਾਂ ਇਹ 3 ਪ੍ਰੋਮੀਨੈਂਟ ਜਿਹੜੇ ਪੈਨਲਿਸਟ ਲਿਆਉਂਦੇ ਸੀ, ਸ਼ਿਵ ਸ਼ੰਕਰ ਮੈਨਨ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਇੰਡੀਆ ਦਾ ਅਤੇ ਫੋਰਨ ਸੈਕਟਰੀ ਵੀ ਰਿਹਾ, ਡਾਕਟਰ ਡੀ ਵੀ ਰਾਘਵਨ ਇਹ ਇੰਡੀਆ ਦਾ ਐਂਬੈਸਡਰ ਸੀ ਸਾਊਥ ਏਸ਼ੀਆ ਦਾ, ਔਰ ਸੁਹਾਸਨੀ ਹੈਦਰ ਜਿਹੜੀ ਡਿਪਲੋਮੈਟਿਕ ਐਡੀਟਰ ਹਿੰਦੂ ਦੀ ਜਿਹੜੀ ਹੈ ਔਰ ਇੰਟਰਨੈਸ਼ਨਲ ਮਾਮਲਿਆਂ ਦੀ ਐਕਸਪਰਟ ਹੈ। ਔਰ ਉਹਦੇ 'ਚ ਜਿਹੜੀ ਡਿਸਕਸ਼ਨ ਲੰਬੀ ਘੰਟੇ ਦੀ ਡਿਸਕਸ਼ਨ ਸੀ, ਜਿਹੜੇ ਉਹਦੇ ਕੀ ਨੁਕਤੇ ਸੀ ਕਿ ਭਾਈ ਇਹ ਤਾਂ ਇਹ ਕਿਵੇਂ ਹੋ ਗਿਆ, ਔਰ ਉਹਨਾਂ ਦਾ ਸੀ ਕਿ ਡਿਸਕਨੈਕਟ ਬਿਟਵੀਨ ਰੂਲਰਸ ਐਂਡ ਪੀਪਲ, ਕਿ ਸ਼ੇਖ ਹਸੀਨਾ ਜਾਂ ਇੰਡੀਅਨ ਜਿਹੜਾ ਸਿਸਟਮ ਜਿਹੜਾ ਜਿਹਨੇ ਉਹਨੂੰ ਬਿਲਡ ਕੀਤਾ, ਉਹ ਤਾਂ ਆਈਵਰੀ ਟਾਵਰ 'ਚ ਰਹਿ ਰਹੇ ਸੀ, ਉਹਨਾਂ ਹਵਾਈ ਮਹਿਲਾਂ 'ਚ ਰਹਿ ਰਹੇ ਸੀ, ਉਹਨਾਂ ਦਾ ਆਮ ਜਨਤਾ 'ਚ ਕੀ ਚੱਲ ਰਿਹਾ ਉਹਦੇ ਨਾਲ ਕੋਈ ਕਨੈਕਟ ਹੀ ਨਹੀਂ ਸੀ। ਫਿਰ ਉਹਨਾਂ ਨੇ ਕਿਹਾ ਵੀ ਇਕਨੋਮਿਕ ਗਰੋਥ ਔਰ ਇਨਇਕੁਆਲਿਟੀ ਜਿਹੜੀ ਇਕਨੋਮਿਕਲ ਬੂਮ ਦਾ ਵੀ ਗੱਲ ਹੋਈ, ਉਹਦੇ 'ਚ ਵੀ ਇੱਕ ਹਿੱਸੇ ਦੇ ਕੋਲ ਹੀ ਧਨ ਆਇਆ, ਅਨਇੰਪਲੋਇਮੈਂਟ ਰੇਟ ਜਿਹੜਾ 29-30% ਸੀ ਨੌਜਵਾਨਾਂ 'ਚ, ਫਿਰ ਆਇਆ ਕਿ ਰੀਜਨਲ ਜਿਹੜੀ ਹੈ ਇਨਸਟੇਬਿਲਟੀ, ਕਿ ਵੀ ਓਵਰਆਲ ਹੀ ਜਿਹੜੀ ਇਸ ਵੇਲੇ ਰੀਜਨ ਦੇ ਵਿੱਚ ਜੋ ਸ਼੍ਰੀਲੰਕਾ 'ਚ ਹੋਇਆ, ਜੋ ਅਫਗਾਨਿਸਤਾਨ 'ਚ ਹੋਇਆ, ਜੋ ਪਾਕਿਸਤਾਨ 'ਚ ਚੱਲ ਰਿਹਾ ਜਾਂ ਦੂਜਾ, ਉਹਦਾ ਵੀ ਅਸਰ ਜਿਹੜਾ ਇਸ ਦੇ ਉੱਤੇ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬੰਗਲਾਦੇਸ਼ੀ ਆਈਡੈਂਟੀ ਦਾ ਪੋਲੀਟੀਕਲ ਚਰਨ ਹੈ, ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਜਿੱਥੇ ਲੋਕਾਂ ਨੂੰ ਇਹ ਲੱਗਾ ਕਿ ਵੀ ਸਾਡੀ ਜਿਹੜੀ ਹੈ ਫਰੀਡਮ ਜਾਂ ਦੂਜੀ ਉਹਨੂੰ ਟੂ ਮੱਚ, ਜਿਵੇਂ ਇੰਡੀਆ ਦਾ ਇਨਫਲੂਐਂਸ ਸੀ ਉਹਨਾਂ ਨੂੰ ਲੱਗਾ ਵੀ ਇਹਦੇ ਨਾਲ ਕੰਪਰੋਮਾਈਜ਼ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਸ਼ੇਖ ਹਸੀਨਾ ਡੈਮੋਕ੍ਰੇਸੀ ਦੇ ਨਾਂ ਥੱਲੇ ਇਨਫੈਕਟ ਅਥੋਰੀਟੇਰੀਅਨ ਬਣ ਗਈ ਸੀ, ਔਰ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਹੁਣ 2 ਇਲੈਕਸ਼ਨਾਂ ਪਾਰਲੀਮੈਂਟਰੀ ਜਿਹੜੀਆਂ ਹੋਈਆਂ, ਜਿਹੜੀ ਉਹਨਾਂ ਦੀ ਓਪੋਜੀਸ਼ਨ ਪਾਰਟੀ ਖਾਲਦਾ ਜ਼ਿਆ ਦੀ ਸੀ, ਉਹਨੇ ਬਾਈਕਾਟ ਕੀਤਾ। ਸੋ 1 ਪਾਰਟੀ ਰੂਲ ਦਾ ਮਤਲਬ ਸਿੱਧਾ ਸਿੱਧਾ ਡਿਕਟੇਟਰਸ਼ਿਪ ਡੈਮੋਕ੍ਰੇਸੀ ਦੇ ਨਾਂ ਥੱਲੇ ਚੱਲ ਰਹੀ ਸੀ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਐਕਸਟਰਨਲ ਪਾਵਰਸ ਦਾ ਵੀ ਰੋਲ, ਚਾਈਨਾ ਵੱਲ ਵੀ ਝੁਕਾਅ ਸੀ, ਅਮਰੀਕਾ ਦੀ ਵੀ ਦਿਲਚਸਪੀ ਹੈ, ਪਾਕਿਸਤਾਨ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ, ਜਿਵੇਂ ਇੱਕ ਤਬਕੇ ਨੇ ਤਾਂ ਸਿੱਧਾ ਸਿੱਧਾ ਉਹਨੂੰ ਪਹਿਲਾਂ ISI ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦਾ ਟੂ ਮੱਚ ਵੇਟ ਸੁੱਟਣਾ ਸੀ ਸ਼ੇਖ ਹਸੀਨਾ ਦੇ ਪਿੱਛੇ, ਬਹੁਤ ਵੱਡੀ ਗਲਤੀ ਸੀ। ਉਹਨਾਂ ਨੇ ਓਪੋਜੀਸ਼ਨ ਦੇ ਨਾਲ ਰਾਬਤਾ ਵੀ ਨਹੀਂ ਰੱਖਿਆ, ਔਰ ਸ਼ੇਖ ਹਸੀਨਾ ਨੂੰ ਵੀ ਨਹੀਂ ਕਿਹਾ ਕਿ ਬਈ ਜੇ ਇੱਕ ਡੈਮੋਕ੍ਰੈਟਿਕ ਸਿਸਟਮ 'ਚ ਏਡੀ ਵੱਡੀ ਪੋਲੀਟੀਕਲ ਪਾਰਟੀ ਜਿਹਨੇ ਰੂਲ ਕੀਤਾ ਉਹ ਬਾਈਕਾਟ ਕਰ ਰਹੀ ਹੈ, ਇਹਦਾ ਮਤਲਬ ਹੈ ਵੀ ਕੁਛ ਨਾ ਕੁਛ ਗਲਤ ਹੈ। ਫਿਰ ਮਿਲਟਰੀ ਦਾ ਰੋਲ ਬੰਗਲਾਦੇਸ਼ ਕੀ ਹੋਏਗਾ ਕੀ ਨਹੀਂ, ਇੰਡੀਆ ਨੇ ਬੇਪਰਵਾਹੀ ਰੱਖੀ ਕਿ ਵੀ ਹਾਲਾਂ ਉਹਨੇ ਜੂਨ ਦੇ ਮਹੀਨੇ 'ਚ ਸ਼ੇਖ ਹਸੀਨਾ ਨੇ ਆਪਣਾ ਰਿਸ਼ਤੇਦਾਰ ਜਨਰਲ ਲਾਇਆ ਸੀ। ਫਿਰ ਜਿਹੜਾ ਓਵਰਆਲ ਚੈਲੇਂਜ ਸਾਊਥ ਏਸ਼ੀਆ ਦੇ ਵਿੱਚ ਆ ਰਹੇ ਨੇ, ਕਿਉਂਕਿ ਇਹਨਾਂ ਦਾ ਕਹਿਣਾ ਸੀ ਜਿਵੇਂ ਸਾਰਕ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਵੀ ਉਹ ਫੇਲ ਹੋਈ, ਵੀ ਭਾਰਤ ਨੇ
ਛੋਟੇ ਪਾਰਟਨਰਸ ਜਿਹੜੇ ਨੇ ਛੋਟੇ ਮੁਲਕ ਨੇ ਸਾਊਥ ਏਸ਼ੀਆ ਦੇ, ਉਹਨਾਂ ਨੂੰ ਤੁਸੀਂ ਪਾਰਟਨਰ ਕੀ ਵੀ ਆਪਣੀ ਹੈਜਮਨੀ ਚਲਾਈ, ਔਰ ਇਹ ਵੀ ਇਹਨਾਂ ਨੇ ਮੰਨਿਆ ਕਿ ਵੀ ਇੰਡੀਆ ਦੀ ਫੋਰਨ ਪਾਲਿਸੀ ਦਾ ਇਹ ਟੋਟਲ ਕਲੈਪਸ ਹੈ। ਔਰ ਸ਼ੇਖ ਹਸੀਨਾ ਦੇ ਫਿਊਚਰ ਬਾਰੇ ਇਹ ਸੀ ਕਿ ਭਾਈ ਉਹ ਇਸ ਵੇਲੇ ਐਗਜ਼ਾਈਲ 'ਚ ਹੈ, ਉਹ ਲੱਭ ਰਹੀ ਹੈ ਵੀ ਉਹਨੂੰ ਕੌਣ ਰਾਜਸੀ ਸ਼ਰਨ ਦੇ। ਔਰ ਇਸ ਸਾਰੇ ਦੇ ਵਿੱਚ ਇਹ ਹੈ ਕਿ ਜੇ ਭਾਰਤ ਨੇ ਉਹਨੂੰ ਸ਼ਰਨ ਦਿੱਤੀ ਜਾਂ ਭਾਰਤ ਨੇ ਟੂ ਮੱਚ ਡਿਫੈਂਡ ਕੀਤਾ ਤਾਂ ਫਿਰ ਬੰਗਲਾਦੇਸ਼ ਔਰ ਭਾਰਤ ਦੇ ਰਿਲੇਸ਼ਨ ਇੰਪਰੂਵ ਨਹੀਂ ਹੋਣਗੇ। ਹੁਣ ਇੱਕ ਪਾਸੇ ਤਾਂ ਇਹਨਾਂ ਦੇ ਇਸ ਲੈਵਲ ਦੇ ਐਕਸਪਰਟ ਜਿਹੜੇ ਨੇ ਇਹ ਕਰ ਰਹੇ ਸੀ ਕਿ ਵੀ ਸ਼ੇਖ ਹਸੀਨਾ ਦੇ ਲਈ ਜਿਵੇਂ ਕੋਈ ਥਾਂ ਲੱਭ ਰਹੇ ਹੋਣ ਵੀ ਉਹਨੂੰ ਕਿੱਥੇ ਭੇਜੀਏ, ਇੱਥੇ ਨਹੀਂ ਰੱਖਣਾ। ਪਰ ਇੱਕ ਕਾਰਡ ਜਿਹੜਾ ਕੌਂਸਟੈਂਟਲੀ ਉਹਨਾਂ ਦਾ ਮੀਡੀਆ ਵੀ ਪਲੇ ਕਰ ਰਿਹਾ ਸੀ ਟੂ ਦਾ ਹਿਲਟ, ਔਰ ਮੋਦੀ ਨੇ ਵੀ ਆਪਣਾ ਜਿਹੜਾ ਮੁਹੰਮਦ ਯੂਨਸ ਨੂੰ ਜਦੋਂ ਵਧਾਈ ਦਿੱਤੀ ਇੰਟਰਿਮ ਗਵਰਨਮੈਂਟ ਦੀ ਸਾਂਝ ਚੁੱਕਣ ਦੇ, ਤਾਂ ਹਿੰਦੂਆਂ ਦੀ ਸੁਰੱਖਿਆ ਦਾ ਇਸ਼ੂ ਚੁੱਕਿਆ ਕਿ ਜੀ ਹਾਲਾਂ ਈਵਨ ਐਲ ਜ਼ਜ਼ੀਰਾ ਜਾਂ CNN ਦਾ ਜਿਹੜੀ ਰਿਪੋਰਟਿੰਗ ਹੈ ਇਸ ਸਾਰੇ ਦੌਰ ਦੇ ਵਿੱਚ ਇੰਨੀ ਇਹਦੇ ਬਾਵਜੂਦ ਕਿ ਸ਼ੇਖ ਹਸੀਨਾ ਹਿੰਦੂ ਇੰਡੀਆ ਦੀ ਪਪੜ ਸੀ, ਜਿਹੜੀ ਵਾਇਲੈਂਸ ਹੋਈ ਉਹਦੇ ਸਿਰਫ ਦੋ ਹਿੰਦੂ ਮਾਰੇ ਗਏ, ਉਹ ਵੀ ਉਹ ਜਿਹੜੇ ਅਵਾਮੀ ਲੀਗ ਪਾਰਟੀ ਦੇ ਨਾਲ ਇਹਨਾਂ ਦੇ ਸੰਬੰਧਿਤ ਸੀ। ਲੇਕਿਨ ਇੰਡੀਆ ਦੇ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਔਰ ਇਸ ਲੈਵਲ ਦਾ ਪ੍ਰਚਾਰ ਕੀਤਾ ਗਿਆ ਐਜ਼ ਇਫ ਸਾਰੇ ਬੰਗਲਾਦੇਸ਼ ਦੇ ਹਿੰਦੂਆਂ ਨੂੰ ਦੇ ਉੱਤੇ ਭੀੜਾਂ ਝਪਟੀਆਂ ਹੋਈਆਂ, ਹਜ਼ਾਰਾਂ ਮਾਰੇ ਗਏ ਨੇ। ਔਰ ਦੂਸਰਾ ਕਿਉਂਕਿ RSS BJP ਨੇ ਵੀ ਇਸ ਦੇ ਉੱਤੇ ਪ੍ਰੋਟੈਸਟ ਯੇ ਵੋ ਕਰਨ ਦੀ ਲਾਈਨ, ਔਰ ਨਾਲ ਦੀ ਨਾਲ ਈਵਨ ਇਹਨਾਂ ਨੇ ਆਪਣਾ ਉਸ ਦੌਰ 'ਚ ਜਿਹੜਾ ਉਹ ਬਾਰਡਰ ਵੀ ਬੰਦ ਕਰਨ ਦੀ ਲਾਈਨ, ਉਹਦੇ 'ਚ ਵੀ RSS ਨੇ ਕਿਹਾ ਜੀ ਹਿੰਦੂਆਂ ਨੂੰ ਆਉਣ ਦੇਣਾ ਚਾਹੀਦਾ ਜੇ ਵੋ, ਹਾਲਾਂ ਕੋਈ ਇਸ ਲੈਵਲ ਦਾ ਉੱਥੋਂ ਜਿਹੜਾ ਪਲਾਇਨ ਜਾਂ ਮਾਈਗ੍ਰੇਸ਼ਨ ਦੀ ਲਾਈਨ ਨਹੀਂ ਹੋਈ। ਹੁਣ ਇਹ ਜਦੋਂ ਹਿੰਦੂ 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 ਵਾਰ ਵਾਰ ਕਰ ਰਹੇ ਸੀ ਹਿੰਦੂਆਂ ਦੀ ਸੁਰੱਖਿਆ ਹਿੰਦੂਆਂ ਦੀ, ਇਹ ਮੈਨੂੰ ਲੱਗਦਾ ਸੀ ਕਿ ਵੀ ਕਿਉਂਕਿ ਇਹਨਾਂ ਕੋਲ ਹੁਣ ਕੁਛ ਕਹਿਣ ਨੂੰ ਨਹੀਂ ਹੈਗਾ ਔਰ ਇਹ ਇਹਨੂੰ ਪਲੇ ਕਰ ਰਹੇ ਨੇ, ਪਰ ਹੁਣ ਮੈਨੂੰ ਲੱਗਦਾ ਵੀ ਇੰਡੀਅਨ ਅਜੀਤ ਡੋਵਲ ਦੀ ਟੀਮ ਨੇ ਔਰ ਦੂਜਿਆਂ ਨੇ ਫੈਸਲਾ ਕੀਤਾ ਕਿ ਜੇ ਬੰਗਲਾਦੇਸ਼ ਨੂੰ ਬਿਲਕੁਲ ਖਾਲੀ ਛੱਡ ਦਿੱਤਾ ਤਾਂ ਇਹ ਤਾਂ ਉਹਨਾਂ ਦਾ ਕਲੈਪਸ ਹੋ ਗਿਆ, ਸ਼ੇਖ ਹਸੀਨਾ ਨੂੰ ਹੀ ਉਹ ਇੱਕ ਢਾਲ ਬਣਾ ਕੇ ਵਰਤਣਗੇ। ਔਰ ਰੀਕੈਪਚਰ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਵਾਪਸ ਰੀਕੈਪਚਰ ਕਰਨਾ ਚਾਹੁਣਗੇ, ਉਹਦੇ ਲਈ ਜੇ ਇਹਨਾਂ ਨੂੰ ਲੱਗਿਆ ਕਿ ਹਿੰਦੂਆਂ ਦਾ ਪਲਾਇਨ ਕਰਾਉਣਾ ਅਤੇ ਰਿਫਿਊਜੀ ਇਸ਼ੂ ਖੜ੍ਹਾ ਕਰ ਦੇਣਗੇ ਜੇ ਹਿੰਦੂ ਉੱਥੋਂ ਦੌੜਦੇ ਨੇ, ਹਾਲਾਂ ਉਹਨੇ ਮੁਹੰਮਦ ਯੂਨਸ ਹਾਲਾਂ ਉਹਦੇ ਸਾਹਮਣੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ, ਪਰ ਉਹ ਇੱਕ ਹਿੰਦੂ ਮੰਦਰ ਵੀ ਗਿਆ, ਹਿੰਦੂਆਂ ਨੂੰ ਉਹਨੇ ਐਡਰੈਸ ਵੀ ਕੀਤਾ ਔਰ ਉਹਨੇ ਆਪਣੇ ਲੋਕਾਂ ਨੂੰ ਵੀ ਕਿਹਾ ਕਿ ਭਾਈ ਇਹ ਬਿਲਕੁਲ ਐਸਾ ਨਹੀਂ ਔਰ ਬਿਲਕੁਲ ਉੱਥੇ ਕੁਛ ਨਹੀਂ ਹੋ ਰਿਹਾ। ਲੇਕਿਨ ਇਹਨਾਂ ਦੇ ਮੀਡੀਆ ਨੇ ਇਹਨੂੰ ਇਵੇਂ ਚੱਕਿਆ। ਔਰ ਅੱਜ ਜਦੋਂ ਮੈਂ ਸ਼ੇਖ ਹਸੀਨਾ ਦੀ ਜਿਹੜੀ ਪਹਿਲੀ ਸਟੇਟਮੈਂਟ, ਹਾਲਾਂ ਇੱਕ ਪਾਸੇ ਤਾਂ ਸੀ ਵੀ ਉਹਦੀ ਧੀ ਨੂੰ ਵੀ ਉਹਨੂੰ ਨਹੀਂ ਸੀ ਮਿਲਣ ਦਿੱਤਾ ਗਿਆ, ਹਾਲਾਂ ਸ਼ੇਖ ਹਸੀਨਾ ਪਹਿਲਾਂ ਇਹ ਦੋਵੇਂ ਭੈਣਾਂ ਇੰਡੀਆ 'ਚ ਇਹਨਾਂ ਨੇ ਕਿੰਨੇ ਸਾਲ ਗੁਜ਼ਾਰੇ ਨੇ ਜਲਾਵਤਨੀ ਦੇ ਵਿੱਚ, ਪਰ ਇਸ ਵਾਰ ਲੱਗਦਾ ਸੀ ਕਿ ਵੀ ਇਹ ਉਹਨੂੰ ਰਹਿਣ ਨਹੀਂ ਦੇਣਾ ਚਾਹੁਣਗੇ, ਕਿਉਂਕਿ ਜਿਹੜੀ ਵੀ ਮੌਜੂਦਾ ਗਵਰਨਮੈਂਟ ਬੰਗਲਾਦੇਸ਼ 'ਚ ਆਏਗੀ ਉਹਨੇ ਆਲਰੇਡੀ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਇਹਨੂੰ ਟ੍ਰਾਇਲ ਦੇ ਲਈ ਸੱਦ ਲਿਆ ਕਿ ਭਾਈ ਇਹ ਮੌਤਾਂ ਜਿਹੜੀਆਂ ਹੋਈਆਂ ਨੇ ਸੈਂਕੜੇ ਸਟੂਡੈਂਟ ਮਰੇ, ਸੋ ਉਹਨਾਂ ਨੂੰ ਸੀ ਕਿ ਵੀ ਇੰਡੀਆ ਤੋਂ ਮੰਗਣਗੇ ਐਕਸਟ੍ਰਾਡੀਸ਼ਨ, ਸੰਬੰਧ ਖਰਾਬ ਹੋਣ। ਪਰ ਹੁਣ ਮੈਨੂੰ ਲੱਗਦਾ ਵੀ ਇੰਡੀਆ ਜਿਹੜਾ ਇਹਨੂੰ ਸ਼ੇਖ ਹਸੀਨਾ ਨੂੰ ਹੀ ਅਜੇ ਹੋਰ ਐਜ਼ ਏ ਕਾਰਡ ਵਰਤਣਾ ਚਾਹੁੰਦਾ, ਕਿਉਂਕਿ ਸ਼ੇਖ ਹਸੀਨਾ ਨੇ ਇੰਡੀਆ 'ਚ ਬੈਠੇ ਆ ਜਦੋਂ ਕਿ ਦੂਸਰੇ ਪਾਸੇ ਉੱਥੋਂ ਰਿਜ਼ਾਈਨ ਕਰਕੇ ਗਈ ਹੈ, ਆਪਣੇ ਸਪੋਰਟਰਸ ਨੂੰ ਕਾਲ ਦਿੱਤੀ ਹੈ ਕਿ 15 ਅਗਸਤ ਨੂੰ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਭਵਨ ਦੇ ਵਿੱਚ ਜਾ ਕੇ ਪ੍ਰੇਅਰ ਕਰੋ, ਔਰ ਇਹ ਪਹਿਲਾ ਲੈਟਰ ਉਹਨੇ ਕੱਢਿਆ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 15 ਅਗਸਤ 1974 ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਔਰ ਉਹਦੇ ਟੱਬਰ ਦੇ
16 17 ਜੀਆਂ ਨੂੰ ਕਤਲ ਕੀਤਾ ਗਿਆ ਸੀ ਫੌਜ ਵੱਲੋਂ, ਫੌਜ ਨੇ ਟੇਕ ਓਵਰ ਕੀਤਾ ਔਰ ਉਹਨੇ ਕਿਹਾ ਕਿ ਜੀ ਉੱਥੇ ਸਾਰੇ ਇਕੱਠੇ ਹੋਵੋ, ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਜੀ ਅਸੀਂ ਜਿਹੜਾ, ਔਰ ਇਹ ਬਿਆਨ ਉਹਦੇ ਮੁੰਡੇ ਨੇ ਜਾਰੀ, ਮੁੰਡਾ ਉਹਦਾ ਵਰਜੀਨੀਆ 'ਚ ਬੈਠਾ ਹੋਇਆ ਅਮਰੀਕਾ 'ਚੋਂ। ਇੱਕ ਪਾਸੇ ਸ਼ੇਖ ਹਸੀਨਾ ਇਹ ਕਹਿ ਕੇ ਜਿਹੜੀ ਖਬਰ ਏਜੰਸੀਆਂ ਨੇ ਔਰ ਪ੍ਰਿੰਟ ਨੇ ਵੀ ਛਾਪੀ, ਜਿਹਦੇ 'ਚ ਉਹਨੇ ਜਿਹੜਾ 6 ਦਿਨਾਂ ਬਾਅਦ ਅਸਤੀਫੇ ਤੋਂ ਇਹ ਕਿਹਾ ਸੀ ਕਿ ਸੇਂਟ ਮਾਰਟਿਨ ਟਾਪੂ ਅਮਰੀਕਾ ਉਹਦੇ ਕੋਲੋਂ ਮੰਗ ਰਿਹਾ ਸੀ, ਉਹਨੇ ਨਹੀਂ ਦਿੱਤਾ, ਇਸ ਲਈ ਉਹਦੀ ਸਰਕਾਰ ਡਿਗਾਈ ਗਈ। ਉਹਨਾਂ ਨੇ ਕਿਹਾ ਕਿ ਵੀ ਇਹ ਮੈਂ ਜਿਹੜੀ ਹੈ ਵਿਕਟਮ ਬਣੀ ਹੈ, ਮੈਂ ਅਮਰੀਕਾ ਦੇ ਪ੍ਰੈਸ਼ਰ ਨੂੰ ਨਹੀਂ ਮੰਨਿਆ, ਜੇ ਮੈਂ ਸੇਂਟ ਮਾਰਟਿਨ ਟਾਪੂ ਨੂੰ ਅਤੇ ਬੰਗਾਲ ਦੀ ਖਾੜੀ ਨੂੰ ਅਮਰੀਕੀ ਕੰਟਰੋਲ ਹੇਠ ਦੇ ਦਿੰਦੀ ਤਾਂ ਮੈਂ ਆਪਣੀ ਕੁਰਸੀ ਬਚਾ ਸਕਦੀ ਸੀ, ਪਰ ਮੈਂ ਐਸਾ ਨਹੀਂ ਕੀਤਾ। ਔਰ ਉਹਨੇ ਕਿਹਾ ਜੀ ਮੈਂ ਬੰਗਲਾਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਕੱਟੜਪੰਥੀਆਂ ਤੋਂ ਗੁੰਮਰਾਹ ਨਾ ਹੋਣ, ਔਰ ਇਹ ਭਰੋਸਾ ਦਵਾਇਆ ਕਿ ਜਲਦੀ ਹੀ ਬੰਗਲਾਦੇਸ਼ ਵਾਪਸ ਆਏਗੀ। ਹੁਣ ਇਸ ਤੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਵੀ ਇਹ ਇੰਡੀਆ ਜਿਹੜਾ ਇਹਨੂੰ ਪਲੇਅ ਕਰੇਗਾ, ਹਿੰਦੂ ਕਾਰਡ ਵੀ ਪਲੇਅ ਕਰੇਗਾ। ਔਰ ਵੈਸੇ ਤਾਂ ਜਾਂ ਜੇ ਇਹਨਾਂ ਨੂੰ ਫੌਜ ਵੀ ਭੇਜਣੀ ਪਈ ਇੰਡੀਆ ਨੂੰ, ਕਿਉਂਕਿ ਬੰਗਲਾਦੇਸ਼ ਨੂੰ ਲੂਜ਼ ਕਰਕੇ ਇਹਨਾਂ ਦਾ ਦੇ ਪੱਲੇ ਕੁਛ ਨਹੀਂ ਰਹਿੰਦਾ, ਉਹ 7 ਸਟੇਟਾਂ ਦੇ ਹੱਥੋਂ ਨਿਕਲਦੀਆਂ ਨੇ। ਹੁਣ ਇਹ ਜਿਹੜੀ ਆ ਇਹ ਕਹਿ ਰਹੀ ਹੈ ਸ਼ੇਖ ਹਸੀਨਾ ਆਪਣੇ ਉਸ ਲੈਟਰ 'ਚ ਜਿਹੜਾ ਉਹਦੇ ਲੜਕੇ ਨੇ ਕੀਤਾ ਕਿ ਜੀ ਦੇਖੋ ਉਸ ਮਿਊਜ਼ੀਅਮ ਨੂੰ ਸਾੜ ਦਿੱਤਾ ਗਿਆ ਜਿਹੜਾ ਕਿ ਇਸ ਬੰਗਲਾਦੇਸ਼ ਦੇ ਬਾਪੂ ਬੰਗ ਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੇ ਬਿਲਟ ਕੀਤਾ ਸੀ, ਔਰ ਤੁਸੀਂ ਆਪਣੀ ਮੈਂਬਰੀ ਆਫ ਫਾਦਰ ਆਫ ਨੇਸ਼ਨ ਦੀ ਮੈਂਬਰੀ ਦੇ ਵਿੱਚ ਇਕੱਠੇ ਹੋਵੋ, ਕਿਉਂਕਿ ਇਹ ਸਾਨੂੰ ਆਜ਼ਾਦੀ ਲੱਖਾਂ ਲੋਕਾਂ ਦੀ ਸ਼ਹਾਦਤਾਂ ਔਰ ਉਹਨਾਂ ਦੇ ਡੁੱਲੇ ਖੂਨ ਦੇ ਨਾਲ ਮਿਲੀ ਹੈ, ਔਰ ਮੈਂ ਜਿਹੜੀ ਹੈ ਵਿਕਟਮ ਹੈ ਇਹ ਸਾਰੇ ਦਾ ਜੋ ਚੱਲ ਰਿਹਾ ਅਮਰੀਕੀ ਕੰਸਪੀਰੇਸੀ ਸੀ, ਔਰ ਇਹ ਜਦੋਂ ਤੱਕ ਜਿਹੜਾ ਮੈਂ ਵਾਪਸ ਜਿਹੜਾ ਉਹ ਜਿਹੜੀ ਜੋ ਅੱਜ ਚੱਲ ਰਿਹਾ ਸਾਬੋਟਾਜ ਟੈਰਰ ਵਾਇਲੈਂਟ ਐਕਸ਼ਨ ਜਿਹੜੇ ਪ੍ਰੋਟੈਸਟ ਦੇ ਨਾਂ ਥੱਲੇ ਚੱਲ ਰਹੇ ਨੇ, ਇਹ ਬਿਲਕੁਲ ਇਹ ਇੱਕ ਜਿਹੜਾ ਆਂਸਰ ਚਲਾ ਰਿਹਾ ਉਹਦਾ ਲੋਕਾਂ 'ਚ ਕੋਈ ਹਮਾਇਤ ਨਹੀਂ ਹੈ, ਔਰ ਇਹ ਸਾਰੇ ਦਾ ਸ਼ਿਕਾਰ ਜਿਹੜੇ ਨੇ ਸਟੂਡੈਂਟ ਟੀਚਰ ਪੁਲਿਸ ਪਰਸਨਲ ਇਹ ਸਾਰੇ ਬਣ ਰਹੇ ਨੇ। ਮੈਂ ਸਾਰਿਆਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੀ ਹਾਂ, ਲੇਕਿਨ ਨਾਲ ਦੀ ਨਾਲ ਉਸਨੇ ਕਿਹਾ ਕਿ ਜੀ ਮੈਂ ਵਾਪਸ ਪਰਤਾਂਗੀ, ਔਰ ਇਹ ਜਿਹੜਾ ਇਨਸਾਫ ਜਿਹੜਾ ਮੈਨੂੰ ਇਹ ਜਿਹੜਾ ਵੈਂਡਲਿਜ਼ਮ ਚੱਲ ਰਿਹਾ ਜਾਂ ਦੂਜਾ ਚੱਲ ਰਿਹਾ ਇਨਸਾਫ ਚਾਹੀਦਾ। ਹੁਣ ਇੱਕ ਹਫ਼ਤੇ ਦੇ ਵਿੱਚ ਸ਼ੇਖ ਹਸੀਨਾ ਜਿਹਦੀ ਡਾਟਰ ਉਹਨੂੰ ਮਿਲ ਨਹੀਂ ਸੀ ਸਕਦੀ, ਜੇ ਇਸ ਨੂੰ ਰੁਕਣ ਦੀ ਥਾਂ ਇਹ ਕਿਹਾ ਗਿਆ ਜੀ ਸੇਫ ਹਾਊਸ 'ਚ ਰੱਖਿਆ ਅਗਲਾ ਫਲਾਈ ਕਰਨਾ, ਅਤੇ ਹੁਣ ਜਿਹੜਾ ਉਹ ਇਉਂ ਲੱਗਦਾ ਵੀ ਉਹਨਾਂ ਨੇ ਪੋਲਿਸੀ ਚੇਂਜ ਕੀਤੀ ਹੈ ਕਿ ਭਾਈ ਬੰਗਲਾਦੇਸ਼ ਦੇ ਵਿੱਚ ਇਹਨਾਂ ਨੇ ਪੀਸ ਨਹੀਂ ਹੋਣ ਦੇਣੀ, ਕਿਉਂਕਿ ਆਲਰੇਡੀ ਇਹਦੀ ਪਾਰਟੀ ਅਵਾਮੀ ਲੀਗ ਦੇ ਵੀ ਭਾਵੇਂ 10-15% ਲੋਕ ਹੀ ਜਿਹੜੇ ਕਰਪਟ ਕੀਤੇ ਜਾਂ ਜਿਹਨਾਂ ਨੂੰ ਰਿਜ਼ਰਵੇਸ਼ਨ ਦੇ ਨਾਂ ਥੱਲੇ ਫਾਇਦੇ ਦਿੱਤੇ ਨੇ ਜਾਂ ਜਿਹੜੇ ਅੱਡ ਅੱਡ ਅਹੁਦਿਆਂ 'ਤੇ ਬਿਠਾਏ ਹੋਏ ਨੇ, ਹਾਲਾਂ ਉਹਨਾਂ ਨੇ ਜਿਹੜੀ ਇੰਟਰਮ ਗੌਰਮੈਂਟ ਬਣੀ ਆ ਉਹਨਾਂ ਨੇ ਜੱਜਾਂ ਜੁੱਜਾਂ ਦੇ ਤਾਂ ਸਭ ਦੇ ਅਸਤੀਫੇ ਲੈ ਲਏ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਇੰਡੀਆ ਨੇ ਉੱਥੇ ਪੀਸ ਹੋਣ ਦੇਣੀ ਹੈ। ਸੋ ਅਸੀਂ ਇਹ ਆਪਣਾ ਫਰਜ਼ ਵੀ ਸਮਝਦੇ ਹਾਂ, ਕਿਉਂਕਿ ਸਾਡੇ ਲਈ ਜਿਹੜੀਆਂ ਡਿਵੈਲਪਮੈਂਟਸ ਬੰਗਲਾਦੇਸ਼ ਹੋ ਰਹੀਆਂ ਨੇ ਉਹ ਬਹੁਤ ਅਹਿਮ ਨੇ। ਹਾਲਾਂ ਜਿਹੜਾ ਇਲਜ਼ਾਮ ਸ਼ੇਖ ਹਸੀਨਾ ਨੇ ਲਾਇਆ ਜਾਂ ਇੰਡੀਅਨ ਉਹ ਗੋਬਰ ਆਰੀਆ ਤੋਂ ਲੈ ਕੇ ਦੂਜੇ ਅਮਰੀਕਾ ਨੂੰ ਬਲੇਮ ਕਰਦੇ ਨੇ, ਅਮਰੀਕਨ ਵਾਈਟ ਹਾਊਸ ਨੇ ਸਟੇਟ ਡਿਪਾਰਟਮੈਂਟ ਨੇ ਫੁੱਲੀ ਡਿਨਾਈ ਕੀਤਾ ਕਿ ਬਈ ਸਾਡਾ ਕੋਈ ਸੰਬੰਧ ਨਹੀਂ, ਅਸੀਂ ਤਾਂ ਡੈਮੋਕ੍ਰੇਸੀ ਦੇ ਤਰੀਕੇ ਨਾਲ ਚਾਹੁੰਦੇ, ਕਿਉਂਕਿ ਅਮਰੀਕਾ ਨੇ ਕਿਹਾ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਫੇਅਰ ਐਂਡ ਫਰੀ ਨਹੀਂ ਸੀਗੀਆਂ, ਅਸੀਂ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਕੀ ਕਰਨਾ। ਸਾਡੀ ਵੀ ਪੋਜੀਸ਼ਨ ਇਸ ਦੇ ਉੱਤੇ ਇਹੀ ਹੈ ਕਿ ਇਹਦੇ 'ਚ ਬਾਹਰਲੀ ਇੰਟਰਫੇਰੈਂਸ ਭਾਰਤ ਨੇ ਤਾਂ ਆਪਣੀ
ਕਲੋਨੀ ਬਣਾ ਲਿਆ ਸੀ ਬੰਗਲਾਦੇਸ਼ ਨੂੰ, ਔਰ ਇਹ ਬੰਗਲਾਦੇਸ਼ ਦੇ ਲੋਕਾਂ ਨੇ ਖਾਸ ਤੌਰ 'ਤੇ ਉਹਨਾਂ ਦੇ ਯੂਥ ਨੇ ਜਿਹੜੀ ਹੈ ਉਹ ਆਪਣੀ ਤਾਕਤ ਦਿਖਾਈ ਹੈ। ਔਰ ਮੈਨੂੰ ਇਹ ਲੱਗਦਾ ਕਿ ਵੀ ਇਹ ਉੱਥੇ ਭਾਵੇਂ ਜੋ ਮਰਜ਼ੀ ਗੜਬੜ ਕਰਨ ਜਾਂ ਕੋਸ਼ਿਸ਼ ਕਰਨ, ਅਨਰੈਸਟ ਤਾਂ ਥੋੜ੍ਹਾ ਬਹੁਤ ਹੋ ਸਕਦਾ, ਪਰ ਉੱਥੋਂ ਦੇ ਲੋਕ ਬਹੁਤ ਸਿਆਣੇ ਨੇ ਔਰ ਲਿਟਰੇਸੀ ਰੇਟ ਵੀ ਉਹਨਾਂ ਦਾ 70% ਤੋਂ ਜ਼ਿਆਦਾ ਹੈ ਯੂਨੀਵਰਸਿਟੀ ਗੋਅਰ ਔਰ ਉਹਨਾਂ ਦਾ ਬਾਹਰ, ਕਿਉਂਕਿ ਮੈਂ ਤਾਂ ਅੰਦਾਜ਼ਾ ਲਾਉਂਦਾ ਹੁਣ ਜਿੰਨੀ ਵਾਰੀ ਮੈਂ ਟਰੈਵਲ ਕਰਦਾ ਪਿਛਲੇ ਦਿਨਾਂ 'ਚ ਵੀ ਮੈਂ ਦੇਖਿਆ, ਕਿਉਂਕਿ ਇਸ ਨੇਬਰਹੁੱਡ 'ਚ ਬੰਗਲਾਦੇਸ਼ੀ ਬਹੁਤ ਨੇ, ਊਬਰ ਡਰਾਈਵਰ ਜਾਂ ਬੰਗਲਾਦੇਸ਼ੀ ਨੇ, ਅਤੇ ਜਿੰਨਾ ਸਫ਼ਰ ਹੁੰਦਾ ਮੈਨੂੰ ਇਹ ਲੱਗ ਰਿਹਾ ਹੁੰਦਾ ਕਿ ਵੀ ਮੈਂ ਕਿਸੇ ਬੜੇ ਲਰਨਡ ਬੰਦੇ ਨਾਲ ਗੱਲ ਕਰ ਰਿਹਾ, ਔਰ ਉਹ ਸਾਰੇ ਹੀ ਪੜ੍ਹੇ ਲਿਖੇ ਹੁੰਦੇ ਨੇ ਜੀ, ਔਰ ਜਿੰਨਾ ਜਿਵੇਂ ਉੱਥੋਂ ਦੀ ਪੋਲੀਟਿਕਸ ਨੂੰ ਸਮਝਦੇ ਨੇ ਇੱਥੋਂ ਦੇ ਨੂੰ ਸਮਝਦੇ ਨੇ, ਅਤੇ ਮੈਨੂੰ ਇਹ ਲੱਗਦਾ ਵੀ ਜਦੋਂ ਇਸ ਲੈਵਲ ਦੇ ਉੱਤੇ ਐਜੂਕੇਸ਼ਨ ਔਰ ਬੜਾ ਸਟਰੋਂਗ ਡਾਇਸਪੋਰਾ ਹੈ ਬੰਗਾਲੀਆਂ ਦਾ ਬੰਗਲਾਦੇਸ਼ ਵਾਲਿਆਂ ਦਾ, ਤੇ ਉਹਨਾਂ ਨੂੰ ਫਿਰ ਉੱਲੂ ਨਹੀਂ ਬਣਾਇਆ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।